ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਰਿਗਮ ਥਰੈਡਸ ਦੇ ਉੱਪਰ। ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀ ਬੁਟੀਕ ਸਟਾਈਲ ਕਲੈਕਸ਼ਨ ਲੈ ਕੇ ਆਏ ਹਾਂਗੇ। ਇਹ ਵਾਲੇ ਜਿਹੜੇ ਆਰਟੀਕਲ ਨੇ ਜੋਰਜਟ ਦੇ ਵਿੱਚ ਤੁਹਾਨੂੰ ਮਿਲਣਗੇ, ਸੈਲੀਬ੍ਰਿਟੀ ਸਟਾਈਲ ਦੇ ਸੂਟ ਨੇਗੇ। ਬਹੁਤ ਹੀ ਫਾਈਨ ਫੈਬਰਿਕ ਹੈਗਾ ਜੋਰਜਟ ਦਾ, ਨਾਲ ਦੁਪੱਟੇ ਦੇ ਉੱਪਰ ਫੋਰ ਸਾਈਡ ਕੱਟ ਵਰਕ ਕੀਤਾ ਹੋਇਆ, ਅਤੇ ਸ਼ਰਟ ਦੇ ਤੁਹਾਨੂੰ ਘੇਰੇ ਦੇ ਉੱਪਰ, ਬਾਹਾਂ ਦੇ ਉੱਪਰ, ਗਲੇ ਦੇ ਉੱਪਰ ਵਰਕ ਮਿਲੂਗਾ। ਬਹੁਤ ਹੀ ਸੋਹਣਾ ਫਾਈਨ ਫੈਬਰਿਕ ਹੈਗਾ, ਬਹੁਤ ਵਧੀਆ ਡਿਜ਼ਾਇਨਿੰਗ ਹੋਈ ਹੋਈ ਹੈਗੀ ਸੂਟਾਂ ਦੇ। ਮਾਡਲ ਵਾਲੇ ਪੀਸਿਸ ਨੇਗੇ, ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਉਹਦੀ ਤੁਸੀਂ ਸਾਨੂੰ ਬੁਕਿੰਗ ਕਰਵਾ ਸਕਦੇ ਹੋ। ਸਿੰਗਲ ਸਿੰਗਲ ਇਹਨਾਂ ਸੂਟਾਂ ਦੇ ਵਿੱਚ ਰੰਗ ਅਵੇਲੇਬਲ ਨੇਗੇ, ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੈ ਉਹਦੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਜਿਹੜਾ ਨੈਕਸਟ ਆਰਟੀਕਲ ਹੈ, ਸੈਮੀ ਗ੍ਰੇਵ ਦੇ ਵਿੱਚ ਸੂਟ ਨੇਗੇ, ਇਹ ਵੀ ਬਹੁਤ ਸੋਹਣਾ ਆਰਟੀਕਲ ਹੈ, ਪਾਰਟੀ ਵੀਅਰ ਸੂਟ ਨੇਗੇ। ਸ਼ਰਟ 'ਤੇ ਫਰੰਟ ਪੈਨਲ ਬਣਿਆ ਹੋਇਆ ਹੈਗਾ, ਤੁਹਾਨੂੰ ਸਲਵਾਰ ਦੇ ਪਹੁੰਚਿਆਂ 'ਤੇ ਵਰਕ ਮਿਲੂਗਾ ਅਤੇ ਬਾਹਾਂ ਦੇ ਉੱਪਰ ਵੀ ਵਰਕ ਹੋਇਆ ਹੋਇਆ, ਅਤੇ ਸ਼ਰਟ 'ਤੇ ਆਲ ਓਵਰ ਬੂਟੀ ਬਣੀ ਹੋਈ ਹੈਗੀ। ਬਹੁਤ ਸੋਹਣੇ ਕਲਰ ਕੰਟਰਾਸਟ ਅਵੇਲੇਬਲ ਨੇ ਇਹਦੇ ਵਿੱਚ ਵੀ। ਜਿਹੜਾ ਨੈਕਸਟ ਆਰਟੀਕਲ ਹੈ, ਬਨਾਰਸੀ ਦੇ ਵਿੱਚ ਸੂਟ ਨੇਗੇ, ਨਾਲ ਬਨਾਰਸੀ ਦੁਪੱਟਾ ਹੈਗਾ, ਅਤੇ ਬਹੁਤ ਸੋਹਣਾ ਫਾਈਨ ਫੈਬਰਿਕ ਹੈ। ਇਹਦੇ ਵਿੱਚ ਵੀ ਆਪਾਂ ਇੱਕ ਤੋਂ ਇੱਕ ਰੰਗ ਲੈ ਕੇ ਆਏ ਹਾਂਗੇ, ਜਿਹੜਾ ਵੀ ਰੰਗ ਤੁਹਾਨੂੰ ਪਸੰਦ ਹੈ ਉਹਦੀ ਤੁਸੀਂ ਸਾਨੂੰ ਬੁਕਿੰਗ ਕਰਵਾ ਸਕਦੇ ਹੋ। ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਲੈਕਸ਼ਨ ਕਿੱਦਾਂ ਦੀ ਲੱਗੀ। ਇਹਨਾਂ ਦੇ ਜਿਹੜੇ ਕਲਰ ਨੇ ਉਹ ਮੈਂ ਸਕਰੀਨ ਦੇ ਉੱਪਰ ਮੈਂਸ਼ਨ ਕੀਤੇ ਨੇਗੇ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਪਤਾ ਨਹੀਂ ਲੱਗਦਾ ਵੀ ਓਰੀਜਨਲ ਰੰਗ ਕਿਹੜਾ ਹੈਗਾ, ਇਸ ਕਰਕੇ ਆਪਾਂ ਲਿਖ ਕੇ ਫੋਟੋ ਦੇ ਉੱਪਰ ਪਾਇਆ ਹੋਇਆ ਹੈਗਾ, ਤਾਂ ਕਿ ਤੁਹਾਨੂੰ ਓਰੀਜਨਲ ਕਲਰ ਦਾ ਮਤਲਬ ਪਤਾ ਲੱਗ ਸਕੇ ਵੀ ਕਿਹੜਾ ਰੰਗ ਹੈਗਾ। ਟੋਟਲੀ ਪਾਰਟੀ ਵੀਅਰ ਸੂਟ ਨੇਗੇ ਇਹ। ਜਿਹੜਾ ਨੈਕਸਟ ਆਰਟੀਕਲ ਹੈ, ਇਹ ਵੀ ਪਾਰਟੀ ਵੀਅਰ ਕਲੈਕਸ਼ਨ ਹੈਗੀ। ਜੋਰਜਟ ਦੇ ਵਿੱਚ ਸੂਟ ਹੈਗਾ, ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ, ਅਤੇ ਸ਼ਰਟ ਦੇ ਫਰੰਟ ਦੇ ਉੱਪਰ ਵਰਕ ਹੋਇਆ ਹੋਇਆ, ਅਤੇ ਨਾਲ ਸ਼ਰਾਰਾ। ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਥੈਂਕ ਯੂ।